ਤੁਹਾਡੇ ਨਾਲ ਕੀ ਕੀਤਾ? ਉਹ ਤੁਹਾਡੀ ਰਾਜਸਥਾਨ ਦੀ ਸਾਰੀ ਸਰੋਂ, ਸਾਰੀ ਸਰੋਂ ਇੱਕ ਇਕੱਲੇ ਬੰਦੇ ਨੇ, ਇੱਕ ਇਕੱਲੇ ਬੰਦੇ ਨੇ ਖਰੀਦ ਲਈ, ਅਮਰਿਆਣੇ ਦੀ ਖਰੀਦ ਲਈ। ਉਹਦੇ ਬਾਅਦ ਪਲਾਸਟਿਕ ਦਾ ਪਿਆਜ਼ ਜਿਹੜਾ 4 ਰੁਪਏ ਕਿਲੋ ਸਾਰਾ ਹੀ ਉਹਨਾਂ ਨੇ ਡਾਂਜੇ ਪਾਂਜੇ ਸਾਹਿਬ ਨੇ ਖਰੀਦ ਲਿਆ। ਕਿੰਨੇ ਰੁਪਏ ਆ ਰਿਹਾ ਤੁਹਾਡੇ ਕੋਲੇ? ਮਾਸਟਰ ਜੀ ਮੈਨੂੰ 2 ਮਿੰਟ ਦੇ ਦਿਓ, ਬਸ ਉਹ ਨਾ ਕਰਿਓ ਬਸ। ਉਹ 4 ਰੁਪਏ ਕਿਲੋ ਵਾਲਾ ਪਿਆਜ਼ 28 ਰੁਪਏ ਕਿਲੋ ਜੋਰੇ ਵੀ ਆਇਆ, ਆਪਾਂ ਨੇ ਖਾਧਾ ਹੋਣਾ, ਸਾਰਾ ਕੁਝ ਵਿਕ ਰਿਹਾ ਤੁਹਾਡੇ ਕੋਲੇ। ਪਰ ਅਸੀਂ ਇਹ ਵੀ ਨਹੀਂ ਸੋਚਿਆ ਵੀ ਅਸੀਂ ਕਿਸਾਨ ਆ, ਅਸੀਂ ਆਪ ਵੀ ਲਾ ਲਈਏ ਥੋੜਾ ਮੋਟਾ। ਸਰੋਂ 80 ਰੁਪਏ ਵਾਲੀ ਬੋਤਲ 210 ਰੁਪਏ ਦੀ ਹੋ ਗਈ, 23 ਰੁਪਏ ਕਿਲੋ ਸੇ ਉਹ 370 ਤਾਰਾ ਤੋੜ ਕੇ ਸੋਚੇ ਸਾਰਾ ਕੁਝ ਕੀਤਾ ਆਪਣਾ, ਇਹਦੇ ਵਿੱਚ ਆਪਣੇ ਜੇੜ ਕੇ ਦੇ ਵਿੱਚ 10 ਉੱਥੇ ਰਹਿ ਕੇ ਆ। ਪਟਣ ਦੇ ਵਿੱਚ ਬਹੁਤ ਵੱਡੇ ਵੱਡੇ ਸੇਬ ਦੇ ਬਾਗ ਨੇ, ਜਦੋਂ ਮਰਜ਼ੀ ਸੇਬ ਤੋੜਦੇ ਖਾਂਦੇ, ਜਦ ਤੋੜਦੇ ਕਰਦੇ। ਹੁਣ ਤਾਂ ਤਾਰਾਂ ਲਾਤੀਆਂ, ਇਕੱਲੇ ਇਕੱਲੇ ਬ੍ਰਿਸਟਲ ਦੇ ਆਲੇ ਦੁਆਲੇ ਤਾਰਾਂ ਲਾਤੀਆਂ। ਇਹ ਖਰੀਦ ਲਿਆ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਨੇ, 23 ਰੁਪਏ ਖਰੀਦ ਕੇ ਅੱਜ ਕਿੰਨਾ ਹੋ ਗਿਆ? 250 ਰੁਪਏ ਕਿਲੋ। ਪਰਸੋਂ ਮੇਰਾ ਬਾਪੂ ਬਿਮਾਰ ਹੋ ਗਿਆ, ਕਹਿੰਦਾ ਵੀ ਮੈਨੂੰ ਸਿਓ ਲਿਆ ਕੇ ਦੇ ਦੇ। ਮੈਂ ਕਿਹਾ ਮੈਂ ਤੈਨੂੰ ਕੈਪਸੂਲ ਹੀ ਹੋਰ ਲਿਆ ਦੂ, ਪਰ ਸਿਓ ਨਹੀਂ ਮੈਂ ਲਿਆ ਸਕਦਾ ਤੈਨੂੰ। ਕਹਿੰਦਾ ਕਿਉਂ? ਮੈਂ ਕਿਹਾ ਬਸ ਇਹ ਕੈਪਸੂਲ ਆ ਜਾਣਗੇ, ਮੈਂ ਤੈਨੂੰ ਆਰਮੀ ਵਾਲੇ ਹਸਪੀਟਲ 'ਚ ਲੈ ਜਾਊਂਗਾ, ਉੱਥੇ ਦੇ ਦੇਣਗੇ, ਪਰ ਮੈਂ ਨਹੀਂ ਤੈਨੂੰ ਸਿਓ ਲਿਆ ਸਕਦਾ। ਕਿਉਂ? ਮਿਲਦੇ ਨਹੀਂ, ਕਰੀਏ ਕੀ? ਸਾਡੀ ਹਾਲਤ ਵਿਗੜ ਗਈ, ਨਾ ਬਾਦਲਕਿਆਂ ਨੂੰ, ਨਾ ਕਾਂਗਰਸੀਆਂ ਨੂੰ, ਨਾ ਕੇਜਰੀਆਂ ਨੂੰ, ਪਿੰਡਾਂ 'ਚ ਉਹਨੂੰ ਵੜਨ ਦਿੰਦੇ। ਇਹਨਾਂ ਨੇ ਕੀ ਕਰ ਲਿਆ? 10-10 ਬੰਦੇ ਜਾ ਕੇ ਆਪਣੇ ਉਹਨਾਂ ਦੇ ਘਰਾਂ 'ਚ ਪਹੁੰਚਾਉਣ ਲਾ ਲਿਆ ਵੀ ਆਪਾਂ ਕਿਵੇਂ ਕਰੀਏ। ਪਰ ਜੇ ਉਹਨਾਂ ਨੇ ਕਰ ਲਿਆ ਤਾਂ ਅਸੀਂ ਫੌਜੀ ਵੀ ਬੜੇ ਭੈੜੇ ਹੁੰਦੇ ਆ, ਅਸੀਂ ਵੀ ਨਾਲ ਇੱਕ ਕੰਮ ਹੋਰ ਲਾਤਾ। ਸਰਦਾਰ ਸੂਬੇਦਾਰ ਸੁਖਦੇਵ ਸਿੰਘ ਜੀ, ਸੂਬੇਦਾਰ ਕਿਲਾ ਹਕੀਮਾ, ਅਸੀਂ ਨੇ ਕਰ ਲਿਆ 20-20 ਬੰਦਿਆਂ ਦੀਆਂ ਟੋਲੀਆਂ, ਜਿਹੜੇ ਸੱਥਾਂ ਦੇ ਵਿੱਚ ਮੇਰੇ ਵੀਰ ਬੈਠੇ ਨੇ ਬਜ਼ੁਰਗ, ਨਾ ਤਾਂ ਉਹ ਦਿੱਲੀ ਧਰਨੇ ਤੇ ਜਾ ਸਕਦੇ ਨੇ, ਨਾ ਉਹ ਜਿਹੜੇ ਟੋਲ ਪਲਾਜ਼ਿਆਂ ਤੇ ਜਾ ਸਕਦੇ ਨੇ, ਨਾ ਉਹ ਆਪਣਾ ਜਿਹੜੇ ਬੀਜੇਪੀ ਆਗੂਆਂ ਦੇ ਘਰੇ ਧਰਨੇ ਲਾਏ ਉੱਥੇ ਜਾ ਸਕਦੇ ਨੇ। ਅਸੀਂ ਉੱਥੇ ਉਹਨਾਂ ਨੂੰ ਕਹਾਂਗੇ, ਇਹ ਤੁਹਾਡੇ ਕੋਲੇ ਜੇ ਵੋਟਾਂ ਲੈਣ ਆਏ ਨਾ ਬਾਦਲ ਕੇ ਜਾਂ ਕਾਂਗਰਸੀਏ ਜਾਂ ਕੇਜਰੀਏ, ਤਾਂ ਉਹਨਾਂ ਨੂੰ ਇਹ ਪੁੱਛਣਾ ਵੀ ਸਾਡੇ ਕਿਸਾਨ ਉੱਥੇ ਜੇ ਬੈਠੇ ਨੇ ਕਿ ਇਹ ਬਾਗੇ ਉੱਥੋਂ, ਵੀ ਉਹਨਾਂ ਦਾ ਮਾਮਲਾ ਹੱਲ ਹੋ ਗਿਆ ਜਾਂ ਨਹੀਂ ਹੋ ਗਿਆ, ਵੀ ਜਿਹੜਾ ਕੁਝ ਕਰ ਇਹ ਤੇਲ ਤੁਸੀਂ ਮਹਿੰਗਾ ਕਰਵਾਇਆ ਜਾਂ ਨਹੀਂ ਕਰਵਾਇਆ। ਉਹ ਕਹਿਣਗੇ ਜੀ ਅਸੀਂ ਨਹੀਂ ਕਰਵਾਇਆ। ਉਹ ਕਹਿੰਦੇ ਨੇ ਸਾਡੇ ਕੋਲੇ ਬਿਲਕੁਲ ਪੂਰੇ ਸਬੂਤ ਨੇ, ਨਾਲੇ ਹਰਸਿਮਰਤ ਦੇ ਸਬੂਤ ਨੇ, ਨਾਲੇ ਕੈਪਟਨ ਦੇ ਸਬੂਤ ਨੇ, ਨਾਲੇ ਉਹ ਬਿਰਸਾ ਸਿੰਘ ਬਲਟੋਆ ਉੱਥੇ ਕਹਿੰਦਾ ਸੀਗਾ, ਕਹਿੰਦਾ ਵੀ ਬਹੁਤ ਵਧੀਆ ਕਾਨੂੰਨ ਨੇ, ਫੱਟੇ ਚੱਕ ਦੇ ਕੇ ਲਿਆ ਦਾਂਗੇ ਨੇਰੀ ਮੇਰੇ ਵਾਂਗੂ ਪਟਕਾ ਬੰਨ ਕੇ। ਅੱਜ ਫਿਰ ਕਹਿੰਦਾ ਮਾੜੇ ਨੇ, ਇਹ ਕੀ ਗੱਲ? ਅਸੀਂ ਇਹ ਦੱਸਣਾ ਗਾ, ਅਸੀਂ ਸਾਰੇ ਵੀਰਾਂ ਨੂੰ ਦੱਸਣਾ ਜਿਹੜੇ ਬਜ਼ੁਰਗ ਬੈਠੇ ਨੇ, ਵੀ ਜੇ ਤੁਹਾਡੇ ਕੋਲੇ ਆ ਗਏ ਤਾਂ ਉਹਨਾਂ ਨੂੰ ਇਹ ਪੁੱਛਣਾ ਅੱਜ ਗੰਡੇ ਦਾ ਰੇਟ ਕੀ ਹੈ, ਇਹ ਤੁਹਾਨੂੰ ਮਾਰ ਦੇਣਗੇ, ਤੁਸੀਂ ਇਹਨਾਂ ਨੂੰ ਬਿਲਕੁਲ ਨੇਗਣਾ। ਤੁਸੀਂ ਜੇ ਚੱਲਣਾ ਤਾਂ ਜਿਹੜੀਆਂ ਆਪਣੀਆਂ ਪਾਰਟੀ ਹੈਗੀ ਐਕਸਰਸਮੈਨ ਜਿਨ੍ਹਾਂ ਦੇ ਨਾਲ ਜੁੜੇ ਨੇ, ਜਾਂ ਕਿਰਤੀ ਕਿਸਾਨ ਸਿਰੇ ਪੰਜਾਬ ਪਾਰਟੀ ਜਿਹੜੀ ਕਿ ਅੱਜ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਿਹੜਾ ਦੇ ਵਿੱਚ ਮਤਲਬ ਕਿ ਇਹ ਆਪਣਾ ਦਫ਼ਤਰ ਕਾਇਮ ਕੀਤਾ ਹੈ, ਤਾਂ